पंजाब दा सब तो वड्डा मुकदमा कटहरे च भगवंत मान पंजाब दी अदालत भगवंत मान ते पंजाब दे लोकां दा इल्जाम है कि ओह नशे खत्म करन दे सिर्फ झूठे दावे ही करदे हन कि पंजाब नू ड्रग फ्री जोन बनावांगे। ड्रग दी समस्या है, ओहदा पूरा रोड मैप तैयार करके दिता गया है। अज 15 अगस्त से अगली 15 अगस्त तो पहला पंजाब दे विच चिट्टे दा जिहड़ा कलंक लग्या होया उन्हू असीं धोण दे विच कामयाब हो जाएंगे। तो ये क्या करेगा, ये DGP को बुला के बोलेगा कि 10 दिन के अंदर एक एक सप्लायर जेल के अंदर होना चाहिए। पुलिस को खुला हाथ दे दो आप, पुलिस सारे नेटवर्क को जानती है। साहब नशा लेना, सारे नशे वाले चिट्टा लेना है। ਜਦੋਂ ਦਾ ਸਮਾਂ ਦੀ ਭਗਵੰਤ ਮਾਨ ਉੱਠ ਖੜਿਆ ਇੰਨੇ ਮੁੰਡੇ ਮਰੇ, ਇਹਨਾਂ ਦੀ ਸਰਕਾਰ ਬਣੀ ਕਰਕੇ ਇੰਨੇ ਮੁੰਡੇ ਮਰੇ। ਚਿੱਟਾ ਤਾਂ ਵੇਚਣ ਜਾਂਦੇ ਜੀ, ਲੈ ਕੇ ਵੀ ਜਾਂਦੇ ਆ, ਲੈ ਉੱਥੇ ਵੇਚ ਕੇ ਆਉਂਦੇ ਆ। ਇਹ ਰੱਕੜੀ ਵਾਲੇ ਦਿਨ ਮੇਰਾ ਵੀ ਚਿੱਟੇ ਨੇ ਖਾ। ਜਿਹੜੇ ਪੇਜ ਦੇ ਉੱਤੇ ਇਹਨਾਂ ਨੇ ਆਖਿਆ ਵੀ ਚਿੱਟਾ ਬੰਦ ਹੋ ਗਿਆ, ਉਸੇ ਨਿਊਜ਼ ਪੇਪਰ ਦੇ ਵਿੱਚ ਬਾਈ ਜੀ 4 ਚਿੱਟੇ ਨਾਲ ਮੌਤਾਂ ਦੀਆਂ ਖਬਰਾਂ ਲੱਗੀਆਂ ਹੋਈਆਂ। ਆਹ ਦੇਖੋ ਜੀ, ਆ ਟੀਕਾ ਲਾਇਆ ਇਹਨੇ, ਸਾਡੇ ਸ਼ਰਮ ਚਿੱਟਾ ਵੀ ਕੀਨਾ ਚੱਲ ਸ਼ਰੇ ਆਮ ਕੋਈ ਵੀ ਪੁਲਿਸ ਦਖਲ ਨਹੀਂ ਕਰਦੀ। ਚਿੱਟਾ ਦਾ ਨਸ਼ਾ ਕੀਤਾ ਹੋਇਆ। ਮੇਰੇ ਤੇਰੇ ਵਰਗੇ ਨੂੰ ਪਤਾ ਲੱਗਦਾ ਵੀ ਫਲਾਣਾ ਚਿੱਟਾ ਵੇਚੀ ਦਾ ਭਗਵੰਤ ਮਾਨ ਸੁੱਤਾ ਪਿਆ, ਉਹਦੀ ਨਿਗਾਹ ਹੈ ਨੀ ਗਈ। ਸਭ ਪਤਾ ਭਗਵੰਤ ਮਾਨ ਨੂੰ ਇੱਕ ਮਾਇਆ ਖਾਂਦੇ ਆ। ਆਮ ਆਦਮੀ ਪਾਰਟੀ ਵੀ ਨਸ਼ਿਆਂ ਤੇ ਕੰਮ ਨਹੀਂ ਕਰ ਸਕੀ ਹੈਗੀ ਕਿਉਂਕਿ ਨਸ਼ੇ ਅੱਗੇ ਨਾਲੋਂ ਵਧੇ ਆ, ਘਟੇ ਤੇ ਹੈ ਨਹੀਂ। ਸਬੂਤਾਂ ਅਤੇ ਹਾਲਾਤ ਦੇ ਆਧਾਰ ਤੇ ਪੰਜਾਬ ਦੀ ਅਦਾਲਤ ਇਸ ਨਤੀਜੇ ਤੇ ਪਹੁੰਚੀ ਹੈ ਕਿ ਸਰਕਾਰ ਨਸ਼ੇ ਰੋਕਣ 'ਚ ਅਸਫਲ ਰਹੀ ਹੈ, ਇਸ ਲਈ ਭਗਵੰਤ ਮਾਨ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ। ਪੰਜਾਬ ਦੀ ਅਦਾਲਤ।